ਤੇ ਆ ਦੂਜਾ ਵਲੌਗ ਫਾਰਮ ਤੇ ਲੈ ਕੇ ਆਇਆ ਮਿੱਤਰੋ, ਆਪਾਂ ਤੁਹਾਨੂੰ ਹੁਣ ਦਿਖਾਉਣੇ ਆ ਕਬੂਤਰ। ਕਬੂਤਰਾਂ ਦੀ ਅੱਜ ਸਫਾਈ ਕਰਦੇ ਆ। ਪਹਿਲਾਂ ਨਾਭੇ ਮੇਲੇ ਤੇ ਫਿਰੀ ਗਏ, ਫਿਰ ਜਗਰਾਵਾਂ ਵਗ ਗਏ, ਹੁਣ ਫਾਰਮ ਦੀ ਤਿਆਰੀ ਕਰਕੇ ਇਹਨਾਂ ਦੀ ਕੇਅਰ ਘੱਟ ਹੋਈ ਆ ਥੋੜੀ ਜੀ। ਸਫਾਈ ਕਰਕੇ ਮਿੱਤਰੋ ਆਪਾਂ ਕਲੀ ਦਾ ਛਿੱਟਾ ਦੇਤਾ, ਤੇ ਜਿਹੜੀ ਆਪਾਂ ਕਬੂਤਰਾਂ ਨੂੰ ਪਾਣੀ ਦੇ ਵਿੱਚ ਦਵਾਈ ਪਾਉਣੇ ਆ। ਤੁਹਾਡਾ ਵੀ ਕਬੂਤਰ ਜੇ ਕਿਸੇ ਵੀਰ ਦਾ ਢਿੱਲਾ ਮੱਠਾ ਤਾਂ ਆ MSD ਇਹ ਦਵਾਈ ਤੁਸੀਂ ਦੇਖ ਲਓ, ਇਹ ਦਵਾਈ ਆਪਾਂ ਪਾਣੀ ਦੇ ਵਿੱਚ ਰਲਾ ਦਿੰਦੇ ਹੁੰਦੇ ਹਾਂ। ਠੀਕ ਹੈ, ਇਹਦੇ ਨਾਲ ਕਬੂਤਰ ਪੂਰਾ ਤੰਦਰੁਸਤ ਹੋ ਜਾਂਦਾ। ਬਾਕੀ ਤੁਹਾਨੂੰ ਕਬੂਤਰਾਂ ਦੇ ਝਾਤੀ ਮਰਾ ਦਿੰਦਾ ਇੱਕ ਵਾਰੀ ਮੈਂ। ਇਹ ਸਾਰੇ ਨੀਲੇ ਬਵਰੇ ਕਬੂਤਰ ਆ, ਉੱਪਰਲੇ ਵੀ ਤੁਹਾਨੂੰ ਦਿਖਾਇਆ ਹੋਣਾ ਮੈਂ ਜਿਹੜੇ ਇਹਨਾਂ ਦੀ ਬਰੀਡਿੰਗ ਪੈਦਾ ਕਰਾ ਕੇ ਅਸੀਂ ਬੱਚੇ ਉੱਪਰ ਚਾੜਿਆ। ਆਹ ਘੋੜੀ ਨੁਕਰੀ ਕਬੂਤਰ ਲੱਠਾ, ਇਹਨਾਂ ਦਾ ਮਿੱਤਰਾ ਖਰਚਾ ਬੜਾ ਆ। ਚੌੜ ਚੌੜ 'ਚ ਮਿੱਤਰਾਂ ਨੇ ਸ਼ੌਂਕ ਰੱਖ ਤਾਂ ਲਿਆ, ਪਰ ਹੁਣ ਸਾਡਾ ਏਰੀਏ 'ਚ ਘੋੜੀਆਂ ਪੱਖੋਂ ਚਰਚਾ ਬੜਾ ਆ, ਚਰਚਾ ਬੜਾ ਆ। ਯੱਸੀ ਲਿਖਾਰੀ ਹੈ ਮਿੱਤਰੋ ਉੱਪਰਲੇ ਕਬੂਤਰ। ਜਾਗਰ ਕਹਿੰਦੇ ਤੜਕੀ ਚੜ ਜਾਂਦਾ ਉੱਤੇ ਸੀਟੀਆਂ ਮਾਰਨ ਕਬੂਤਰਾਂ ਨੂੰ। ਐ ਨਿਕਲਦੇ ਨੇ, ਆਹ ਦੇਖੋ ਤੁਸੀਂ ਜਾਗਰ ਮਾਰ, ਇੰਨੀ ਕੁ ਫੁਰਤੀ ਇਹਨਾਂ ਦੀ ਤੇਜ਼ ਹੋ ਗਈ, ਸਾਰੇ ਨੀਲੇ ਬਵਰੇ ਆ। ਬਾਕੀ ਆ ਦੇਖੋ, ਅੱਜ ਆਪਾਂ ਉੱਪਰਲੇ ਕਬੂਤਰਾਂ ਦੀ ਵੀ ਸਫਾਈ ਕਰਕੇ ਕਲੀ ਪਾ ਦੇਣੀ ਆ। ਇਹ ਕੇਅਰ ਮੰਗਦੇ ਆ ਜੱਸੀ, ਜ਼ਰੂਰੀ ਆ। ਮੈਂ 4 ਦਿਨ ਦੇਖ ਲਾ ਤੂੰ ਮੇਲੇ ਤੇ ਰਿਹਾ, ਉੱਤੇ ਨਹੀਂ ਚੜਿਆ, ਕਿੰਨੇ ਬੱਚੇ ਆਂਡੇ ਖਰਾਬ ਹੋ ਗਏ, ਜੀਆਂ ਨੇ ਖਰਾਬ ਕਰ। ਹਾਂ, ਇਹ ਦਵਾਈ ਟਾਈਮ ਸਿਰ, ਸਾਂਭ ਸੰਭਾਲ, ਸਫਾਈ, ਸਾਰੀਆਂ ਚੀਜ਼ਾਂ ਮੰਗਦੇ ਆ, ਫਿਰ ਜਾ ਕੇ ਕਿਤੇ ਕਬੂਤਰ ਪਾਲੇ ਜਾਂਦੇ ਆ ਬਾਈ। ਲੈ ਵੀ ਇੱਧਰ ਕੂਲਰ ਲਾ ਕੇ ਪਵਨ ਤੇ ਪਰੀ ਆਪਣੀ ਖੜੀ ਆ, ਇੱਧਰ ਆਪਣੀ ਨੌਕਰੀ ਘੋੜੀ, ਬੱਚਾ ਸੁੱਤਾ ਪਿਆ ਗਾ। ਬਸ 2 ਕੁ ਦਿਨ ਹੋਰ ਲੱਗਣੇ ਆ, ਜਿਹੜਾ ਰਹਿ ਗਿਆ ਆਪਾਂ ਉਹ ਰਹਿੰਦਾ ਢਾ ਦਾਂਗੇ। ਆ ਪਿੱਛੋਂ ਢਾਉਣਾ ਮੇਰੇ, ਤੇ ਆਪਣੀ ਜੁਗਨੀ ਖੜੀ ਆ, ਇੱਧਰ ਉਹ ਢਾਉਣਾ, ਤੇ 2 ਦਿਨਾਂ ਦੇ ਵਿੱਚ ਇਹਨੂੰ ਢਾ ਕੇ ਫਿਰ ਮਿਸਤਰੀ ਕਹਿੰਦਾ ਮੈਂ ਤਾਂ ਉੱਦਣ ਹੀ ਆ ਜਾਊਂਗਾ, ਫਿਰ ਆਪਾਂ ਕਰ ਦੇਣਾ ਕੰਮ ਸਟਾਰਟ। ਜਿੰਨਾ ਟਾਈਮ ਫਾਰਮ ਬਣਦਾ ਨਹੀਂ, ਬਹੁਤ ਔਖਾ ਕੰਮ ਆ ਮਿੱਤਰੋ। ਇੱਧਰ ਜੁਗਨੀ ਨੂੰ ਜੱਸੀ ਪਾਣੀ ਪਿਆਈ ਜਾਂਦਾ, ਪਾਣੀ ਵੀ ਮਸੀ ਪੀ ਰਹੀ ਆ, ਗਰਮੀ ਨੇ ਵਾਲੀ ਮੱਤ ਮਾਰੀ ਪਈ ਆ ਬਾਈ। ਆਹ ਸਾਰਾ ਢਾ ਦੇਣਾ ਆਪਾਂ ਨੇ ਅੱਜ, ਅੱਜ ਖਿੱਚ ਦੇਣਾ ਕੰਮ ਜੱਸੀ, ਜਿਹੜਾ ਛੇਤੀ ਆਪਾਂ ਮਿਸਤਰੀ ਨੂੰ ਕਹਿ ਦਈਏ ਵੀ ਕਮਾਉਣ, ਲੈਟਸ ਗੋ। ਤੇ ਹੁਣ ਪਾਉਣੇ ਆ ਘੋੜੀਆਂ ਨੂੰ ਦਾਣਾ ਮਿੱਤਰੋ। ਸਵੇਰੇ ਜਿਵੇਂ ਇੱਕ ਵਾਰੀ ਕੱਖ ਪਾ ਦਿੰਦੇ ਹੁੰਦੇ ਆ, ਤੇ ਆਹ ਦਾਣਾ, ਦਾਣਾ ਇਹਦੇ ਵਿੱਚ ਕਣਕ ਦੇ 2 ਫਾੜ ਅਤੇ ਚੋਕਰ ਮਿਕਸ ਕਰਕੇ ਇਹ ਆਪਣੀਆਂ ਘੋੜੀਆਂ ਨੂੰ ਪਾਉਣੇ ਹੁੰਦੇ ਆ। ਘੋੜੀਆਂ ਦੇ ਹਾਜ਼ਮੇ ਵਾਸਤੇ ਮਿੱਤਰੋ ਆਪਾਂ ਮਸਾਲਾ ਬਣਵਾਇਆ ਹੋਇਆ, ਇੱਧਰ ਤਾਂ ਆਪਾਂ ਕੱਲ੍ਹ ਪਾ ਕੇ ਰੇਤਾ ਕਰਤੀ ਬਰੋਬਰ ਭਰਤ, ਯਗਡੌਨ ਦੇਖੀ ਕਿਤੇ ਤੇਰੀ ਬਾਹ ਨਾ ਥੱਕ ਜੇ। ਤੇ ਆਹ ਢਾਈ ਜਾਂਦੇ ਬਾਈ ਮੂਰੋ ਮੂਰੋ ਹੁਣ, ਤੇ ਆਹ ਮੂਰੋ ਢਾ ਕੇ ਅਸੀਂ ਅੱਜ ਇਹਦੀ ਛੱਤ ਵੀ ਤਾਰ ਦਾਂਗੇ। ਕਿਹੜੇ ਦੀਆਂ? ਇੰਨੀ ਛੇਤੀ ਦੱਬਦੇ, ਪੱਖੇ ਲਾ ਤੇ ਨਾ ਉੱਪਰ ਆਪਾਂ ਨੇ 300 ਵਾਟ ਦੇ ਚੱਕ ਦੇਣਾ ਜੱਸੀ, ਆਹ ਵੀ ਆਪਾਂ ਥੜੇ ਜੇ ਬਾਹਰੇ ਕੱਢ ਦਾਂਗੇ ਹਨਾ, ਸਭ ਚੱਕ ਦਾਂਗੇ ਸਭ ਚੱਕ। ਆ ਪਿਛਲੀ ਕੰਧ ਆ ਉੱਪਰ ਲਟਾ ਦੇਣਾ, ਹੋਰ ਟਰੈਕਟਰ ਚੱਲ ਰਿਹਾ ਇੱਧਰ ਦੇਖ। ਇਹਦਾ ਨਾਮ 911 911 ਕਹਿੰਦੇ ਪਿਆਰ ਨਾਲ, ਕਿਹੜਾ ਸਤਰਾਜ ਰੱਖਤਾ, ਪਰ 911 ਜਾਗਰ ਦਾ ਰੱਖਤਾ ਜ਼ਿਆਦਾ ਜ਼ੋਰ ਮਾਰਦਾ, ਟਰੈਕਟਰ ਸਤਰਾਜ ਛੋਟਾ ਹੁੰਦਾ ਇਸ ਕਰਕੇ ਇਹਦਾ ਸਤਰਾਜ ਟਰੈਕਟਰ ਰੱਖਤਾ। ਠੀਕ, ਘੱਟ ਜ਼ੋਰ ਮਾਰਦਾ, ਇਹ ਜ਼ੋਰ ਮਾਰਦੀ ਨਹੀਂ ਹੈਗਾ, ਅਕਸਲ ਚੜੇ ਹੋਏ ਨੇ, ਕਲੱਚ ਬਰੇਕ ਪੈਣ ਵਾਲੀ ਹੈ। ਆ ਇੱਧਰ ਆਪਣੀ ਮੈਂ ਸੂਈਆ ਜੀ ਕੱਟਾ ਦਿੱਤਾ, ਆਹ ਦੇਖੋ ਉਹ ਸੱਟ ਨਾ ਭਰਾ।
ਆਈ ਜਾਗਰ ਬਦਮਾਸ਼ ਇਹ ਕਿੱਥੇ ਟਲਦਾ ਆ ਲੈ ਜਿਵੇਂ ਜਵਾਕ ਨੂੰ ਚੱਕੀ ਫਿਰੀ ਜਾਂਦਾ ਗੋਦੀ ਐ ਚੱਕੀ ਫਿਰ ਰਿਹਾ ਨਾਟ ਗਿਆਰਾਂ ਨੂੰ ਇਹ ਬਾਈ ਦਾ ਨਾਮ ਆਪਾਂ ਨਾਟ ਗਿਆਰਾਂ ਰੱਖਦਾ ਜੀ ਹਾਲ ਹੈ ਉਹ ਇਹਦੇ ਸੱਟ ਨੰਬਰਾਂ ਦੀ ਕੰਮ ਬਹੁਤ ਲੈਣਾ ਜੀ ਆਪਾਂ ਇਹਦੇ ਇਹਦੀ ਲੋੜ ਬਹੁਤ ਆਪਾਂ ਨੂੰ ਆ ਜਾ ਬਾਬੇ ਦੂਰਾਂ ਆ ਜਾ ਤੇ ਮੁੰਡਾ ਚੌਂਟ ਵਾਲਾ ਉਹ ਬੈਠਿਆ ਸਾਹਮਣੇ ਜਿਵੇਂ ਬਾਂਦਰ ਬਹਿੰਦਾ ਹੁੰਦਾ ਦਰਖਤ ਤੇ ਚੱਕਦਾ ਕੰਮ ਚੱਕ ਦੋ ਫੱਟੇ ਕਿਹੜਾ ਆ ਗਿਆ ਤੇ ਆਪਾਂ ਕਰੀ ਜਾਂਦੇ ਹਾਂ ਬਾਈ ਟਾਈਲਾਂ ਉੱਧਰ ਲਾਤੀਆਂ ਤੇ ਚੱਲਦੇ ਹਾਂ ਹੁਣ ਆਪਾਂ ਆਪਣੇ ਦੂਜੇ ਘਰੇ ਟਾਈਲਾ ਟੂਲਾ ਤਾਰ ਕੇ ਉੱਥੇ ਫਿਰ ਆਉਂਦੇ ਹਾਂ ਡੈਡੀ ਆਪਣਾ ਰੇਤਾ ਲੈਣ ਗਿਆ ਹੋਇਆ ਰੇਤਾ ਇੱਧਰ ਪਾਤਾ ਮੱਝਾਂ ਦਾ ਆਪਾਂ ਨੇ ਪ੍ਰਬੰਧ ਕਰਤਾ ਇੱਧਰ ਧੁੱਪ ਬਹੁਤ ਸੀਗੀ ਦੇਖੋ ਹਰੀ ਚਾਦਰ ਲਾਤੀ ਮੱਝਾਂ ਖੜਨੀਆਂ ਤਿੰਨ ਚਾਰ ਦਿਨ ਉਰੇ ਅੱਜ ਜਾਣੀ ਕਿ ਫਾਈਨਲ ਕਰ ਦੇਣਾ ਆਪਾਂ ਸਾਰਾ ਢਾਹ ਕੇ ਪੱਧਰ ਕਰ ਦੇਣਾ ਕੱਲ੍ਹ ਨੂੰ ਮਿਸਤਰੀ ਕਹਿੰਦਾ ਮੈਂ ਆ ਜਾਊਂਗਾ ਲੇਬਰ ਪੂਰੀ ਲੈ ਆਊਂ ਜਿਹੜਾ ਦਿਨਾਂ ਦੇ ਵਿੱਚ ਆਪਾਂ ਕੰਮ ਚੱਕ ਦਈਏ ਦੱਸੀ ਦਾ ਕਹਾਣਾ ਕਹਿੰਦਾ ਅੱਜ ਇਹ ਚੀਜ਼ ਚੋਪੜ ਦੇਣੀ ਆ ਚੋਪੜਤੀ ਬਾਈ ਛੱਤ ਵੀ ਤੇ ਹੁਣ ਲਾ ਰਹੇ ਹਾਂ ਆਪਾਂ ਗਾਡਰ ਗੱਲਾਂ ਦੇਖ ਲੋ ਜਾ ਕਰਦੀਆਂ ਬਾਬੇ ਲਾਲ ਹੋ ਗਿਆ ਮੂੰਹ ਗਰਮੀ ਬਹੁਤ ਆ ਕਹਿ ਬਾਬੇ ਨਾਨਕ ਨੂੰ ਘਟਾ ਦੇ ਥੋੜੀ ਕਿੰਨੇ ਕਿੰਨੇ ਅੱਜ ਕਿੰਨੇ ਕਿੰਨੇ ਸਮਾਨ ਚੱਲੇ ਹੋਏ ਨੇ ਬਾਈ ਸਮਾਨ ਸਮੂਨ ਤਾਂ ਨਹੀਂ ਅੱਜ ਖਾਧਾ ਉਈ ਰਗਾ ਬੈਠੀ ਰਗਾ ਉਈ ਬਹਿ ਜਾਂਦੀਆਂ ਨੇ ਆ ਰੀੜ ਦੀ ਹੱਡੀ ਦੇਖੋ ਇਹਦੀ ਉੱਪਰ ਦਿਖ ਰਹੀ ਹੈ ਤੈਨੂੰ ਰੀੜ ਦੀ ਹੱਡੀ ਦੇਖੋ ਬਾਈ ਇਹਦੇ ਉੱਤੇ ਇਹਦੇ ਜਿਹੜਾ ਵਾਟਰ ਪ੍ਰੂਫ ਬਣਿਆ ਹੁੰਦਾ ਤੂੰ ਇਹਦਾ ਸ਼ੀਸ਼ਾ ਵੀ ਨਹੀਂ ਫੁੱਟਦਾ ਚਾਹੇ ਤੂੰ ਦੀ ਟਾਈਮ ਟਰੱਕ ਚੜਾ ਦੇ ਉੱਪਰ ਕਰ ਜਾ ਯਾਰ ਬਾਬੇ ਸਾਰੇ ਇਮੋਸ਼ਨ ਗਾਲ ਚਾਹੇ ਉੱਤੇ ਦੇ ਰਸੀਆਂ ਟੈਂਕ ਚੜ ਦੇ ਇਹ ਤਾਂ ਇਹੋ ਜਿਹਾ ਹੁੰਦਾ ਵਧੀਆ ਲੈ ਵੀ ਮਿੱਤਰੋ ਕੱਛੂ ਕੁੰਮਾ ਦਿਖਾਉਣਿਆ ਤੁਹਾਨੂੰ ਮੈਂ ਅੱਜ ਤੇ ਇੱਧਰ ਬਾਈ ਲੈ ਕੇ ਆਇਆ ਹਨਾ ਤੇ ਜਿਹਨੂੰ ਵੀ ਨੇੜੇ ਤੇੜੇ ਪਤਾ ਲੱਗ ਜਾਂਦਾ ਕਿਸੇ ਕਿਤੋਂ ਮਿਲ ਜਾਂਦਾ ਸੜਕ ਦੇ ਉੱਪਰੋਂ ਅਗਲੇ ਨੂੰ ਪਤਾ ਵੀ ਦਵਿੰਦਰ ਬਾਈ ਉਹ ਰੱਖਦਾ ਤੇ ਫੋਨ ਕਰ ਦਿੰਦੇ ਆਪਾਂ ਨੂੰ ਤੇ ਆਪਾਂ ਨੂੰ ਸਪੈਸ਼ਲ ਦੇ ਜਾਂਦਾ ਬਹੁਤ ਬਹੁਤ ਧੰਨਵਾਦ ਵੀਰੇ ਦਾ ਤੇ ਹੋਰ ਜਾਗਰ ਫਿਰ ਕੈਂਟ ਨਾ ਰਸੀਆਂ ਤੋਂ ਮੰਗਾਇਆ ਟੈਂਕ ਪਹਿਲਾਂ ਦੇ ਉੱਤੋਂ ਦੀ ਟੈਂਕ ਚਾੜਿਆ ਵੀ ਇਹ ਕੰਮ ਦਾ ਸਾਡੇ ਹੈਗਾ ਬਾਬਾ ਜੀ ਬੰਦੇ ਬਹੁਤ ਪਹੁੰਚ ਗਿਆ ਕਹਿੰਦੇ ਵੱਡੀ ਲਟੈਣ ਤਾਰ ਰਿਹਾ ਆਹ ਗਾਡਰ ਸਿੱਟੂ ਜਾਗਰ ਅੱਜ ਆਹ ਲੜ ਪਏ ਜਾਗਰ ਵੀਰੇ ਬਦਮਾਸ਼ੀ ਤੇਰੀ ਇਹਨਾਂ ਸਾਹਮਣੇ ਨੀ ਚੱਲਣੀ ਹੈਗੀ ਉਰੇ ਤੇਰੇ ਘਣ ਲੈ ਕੇ ਕੁੱਟਣਗੇ ਤੈਨੂੰ ਐ ਨੀ ਟਕਾਈ ਨਾਲ ਤਾਰਨਾ ਟਕਾਈ ਨਾਲ ਤਾਰ ਕੇ ਜਾਗਰ ਕਿੱਧਰ ਲੰਘ ਗਿਆ ਇਹ ਥਾਮਲਾ ਨੀ ਗਿਰ ਰਿਹਾ ਇਹਨਾਂ ਤੋਂ ਜਾਗਰ ਥਾਮਲਾ ਨੀ ਗਿਰ ਰਿਹਾ ਹੋ ਜਾਓ ਬਾਈ ਪਰੇ ਫਿਰ ਤੁਸੀਂ ਘੰਟੇ ਤੇ ਉਲਝੇ ਗਏ ਵੀ ਕਿਵੇਂ ਕਰੂ ਤੈਨੂੰ ਪਤਾ ਨੀ ਵੀ ਨਾਟ ਗਿਆਰਾਂ ਇਹ ਕੁਛ ਵੀ ਕਰ ਸਕਦਾ ਯਾਰ ਸਰੀ ਕਰਾ ਦਾ ਜਾਗਰ ਤਿੰਨ ਟੋਟੇ ਕਰਦੇ
ਸ਼ਾਮ ਨੂੰ ਠੰਡੇ ਜਿਹੇ ਮੌਸਮ ਦੇ ਵਿੱਚ ਕੰਮ ਕਰਨ ਨੂੰ ਬਹੁਤ ਜੀ ਕਰਦਾ। ਮੈਂ ਕੰਮ ਖਿੱਚ ਲਿਆ ਸੀ, ਕੱਲ ਨੂੰ ਆਪਾਂ ਸਾਰਾ ਢਾ ਦੇਣਾ ਹਨਾ ਬਾਈ, ਸਾਰਾ ਏ ਟੂ ਜ਼ੈਡ ਆਪਾਂ ਕੱਲ ਨੂੰ ਚੱਕ ਦੇਣਾ, ਕੱਲ ਨੂੰ ਕਰ ਦੇਣਾ ਆਪਾਂ ਗੱਲਬਾਤ, ਬਸ ਪਰਸੋਂ ਨੂੰ ਆਪਾਂ ਨੇ ਮਿਸਤਰੀ ਲਾ ਦੇਣਾ ਬਸ। ਤੇ ਆ ਮੁੰਡਾ ਬਾਈ ਕਬੂਤਰਾਂ ਦਾ ਸ਼ਿਕਾਰੀ ਹੈ, ਸੀਲ ਕਬੂਤਰ ਬਾਈ ਨੇ ਬਹੁਤ ਰੱਖਿਆ, ਪੂਰੀਆਂ ਬਾਜ਼ੀਆਂ ਤੇ ਲਾਇਆ, ਕੰਪੈਨ ਇਹਨੇ ਜਿੱਤੀ ਆ ਕਿ ਜਾਉਂਡੀਅਰ ਕੰਪੈਨ, ਜਾਉਂਡੀਅਰ ਕੰਪੈਨ ਇਹਨੇ ਜਿੱਤੀ ਆ, ਫਿਰ ਇਹਨੇ ਜਿੱਤਿਆ ਮੋਟਰਸਾਈਕਲ ਇਹਨੇ ਜਿੱਤਿਆ, ਤੈਨੂੰ ਇਹੀ ਨੀ ਸਮਝ ਲੱਗੀ ਬਾਈ? ਫਿਲਮਾਂ ਚ ਜਾਂਦਾ ਮੁੰਡਾ ਤਾਂ ਵਾਲ ਵੱਡੇ ਰੱਖਦਾ ਹੈ। ਜੇਸੀਬੀ ਲਾਈ ਹੋਈ ਆ ਮਿੱਤਰੋ ਦੋ ਪਿੰਡ ਛੱਡ ਕੇ, ਉੱਥੋਂ ਡੈਡੀ ਰੇਤਾ ਲੈ ਕੇ ਆਉਂਦਾ, ਤੇ ਜਿੱਧਰ ਆਪਾਂ ਦੂਜੇ ਪਾਸੇ ਘੋੜੀਆਂ ਛੱਡਣ ਨੂੰ ਬਣਾਵਾਂਗੇ ਉੱਥੇ ਰੇਤਾ ਪਾ ਰਹੇ ਹਾਂ ਹਜੇ, ਕੱਲ ਨੂੰ ਇੱਧਰੋਂ ਅਸੀਂ ਢਾ ਦਾਂਗੇ ਉਰੇ ਰੇਤਾ ਪਾ ਦੇਣਾ ਆਪਾਂ ਨੇ। ਫਾਰਮ ਦੀ ਸਲਾਹ ਕੈਂਸਲ ਹੋ ਗਈ ਮਿੱਤਰੋ, ਕੈਂਸਲ ਹੋ ਗਈ ਮਤਲਬ ਫਾਰਮ ਤਾਂ ਪਾਉਣਾ ਆਹ ਜਗ੍ਹਾ ਤੋਂ ਕੈਂਸਲ ਹੋ ਗਈ। ਡੈਡੀ ਕਹਿੰਦਾ ਵੀ ਉਰੇ ਲਾ ਲਓ ਤੁਸੀਂ, ਵੀ ਦੋ ਕਮਰੇ ਇੱਧਰ ਪੈਣੇ ਆ ਅਤੇ ਦੋ ਕਮਰੇ ਇੱਧਰ ਪੈਣੇ ਆ, ਬਾਕੀ ਨਾਲ ਉਰੇ ਮੱਝਾਂ ਦਾ ਸੈੱਡ ਪੈਣਾ ਸੀਗਾ, ਅਤੇ ਚਾਰ ਘੋੜੀ ਬਸ ਉਰੇ ਰਹਿੰਦੀਆਂ, ਫਿਰ ਸਾਨੂੰ ਜਿਹੜਾ ਕੱਚੇ ਦੇ ਵਿੱਚ ਘੋੜੀਆਂ ਛੱਡ ਕੇ ਆਉਣੀਆਂ ਪੈਣੀਆਂ ਸੀ ਦੂਜੇ, ਜਿਹੜੀ ਆਪਣੀ ਦੂਜੀ ਜਗ੍ਹਾ ਜਿੱਥੇ ਆਪਾਂ ਪਹਿਲਾਂ ਫਾਰਮ ਬਣਾਉਣ ਬਾਰੇ ਸੋਚਿਆ ਸੀ। ਉਹ ਕਹਿੰਦੇ ਵੀ ਫਿਰ ਲਾ ਲਓ ਤੁਸੀਂ ਕਦੇ ਇੱਧਰੋਂ ਉੱਧਰ, ਵੀ ਉੱਥੇ ਹੀ ਫਾਰਮ ਬਣਾਵਾਂਗੇ ਆਪਾਂ, ਉੱਥੇ ਹੀ ਬਾਹਰੇ ਕੱਢਦਿਆ ਕਰਾਂਗੇ ਘੋੜੀਆਂ, ਲੇਟ ਮਾਰ ਲਿਆ ਕਰਨਗੀਆਂ, ਨਾਲੇ ਚਾਰ ਘੋੜੀਆਂ ਤੋਂ ਆਪਾਂ ਵਧਾਉਣੀਆਂ ਸੀਗੀਆਂ ਘੋੜੀਆਂ, ਫਿਰ ਉਰੇ ਐਡਜਸਟਮੈਂਟ ਨਹੀਂ ਹੁੰਦੀ, ਸੋ ਅਸੀਂ ਹੁਣ ਉੱਥੇ ਹੀ ਬਣਾਵਾਂਗੇ। ਬਹੁਤ ਖੁਸ਼ੀ ਹੈ ਜੀ, ਪਹਿਲਾਂ ਮਤਲਬ ਘਰ ਦੇ ਕਹਿੰਦੇ ਸੀ ਵੀ ਜਦੋਂ ਤੂੰ ਵੀਡੀਓ ਬਣਾਉਣ ਚੱਲ ਜਾਂਦਾ ਹਨਾ, ਜਦੋਂ ਮੇਲਿਆਂ ਚੱਲ ਜਾਂਦੇ ਅਸੀਂ ਉਰੇ ਨਿਗਾਹ ਰੱਖਦੇ ਸੀ, ਆਪ ਪਾਣੀ ਪਿਆਦਿਆ ਕਰਾਂਗੇ, ਅਤੇ ਫਿਰ ਚਲੋ ਮੈਂ ਮੰਨ ਗਿਆ ਸੀਗਾ ਵੀ ਚਲੋ ਉਰੇ ਬਣਾ ਲੈਂਦੇ ਹਾਂ, ਪਰ ਹੁਣ ਘਰਦਿਆਂ ਦੀ ਸਪੋਰਟ ਦੇ ਨਾਲ ਆਪਾਂ ਉੱਥੇ ਹੀ ਲੱਗੇ ਹਾਂ ਫਾਰਮ ਬਣਾਉਣ ਬਾਈ ਜੀ। ਮਿਲਦੇ ਹਾਂ ਜੀ, ਆਹ ਚੀਜ਼ ਢਾ ਕੇ ਉਰੇ ਪਾਵਾਂਗੇ ਆਪਾਂ ਸੰਦਾਂ ਵਾਸਤੇ ਸੈੱਡ, ਉੱਥੇ ਹੀ ਬਣਾਵਾਂਗੇ, ਜੱਸੀ ਹੁਣੀ ਕਹਿੰਦੇ ਉੱਥੇ ਹੀ ਲਾਇਆ ਕਰਾਂਗੇ ਰੌਣਕਾਂ, ਉੱਥੇ ਆਪਾਂ ਬੱਕਰੀਆਂ ਭੇਡਾਂ ਕਬੂਤਰ ਕੱਛੂ ਗੁੰਮੇ ਖਰਗੋਸ਼ ਅਤੇ ਬਾਕੀ ਯਾਰ ਵੇਲੀ ਸਾਰੀ ਰਿਹਾ ਕਰਾਂਗੇ। ਘੈਂਟ ਭਰਾ ਸਾਡਾ, ਇਹਨੂੰ ਘੋੜਿਆਂ ਦਾ ਬਹੁਤ ਸ਼ੌਂਕ ਆ ਖਾਲਸਾ ਜੀ ਨੂੰ। ਇਹ ਬਾਬਾ ਜੀ ਇੱਧਰ, ਇਹ ਕਾਹਦੇ ਵਾਸਤੇ? ਇੱਥੇ ਰੱਖ ਲੈ ਭਾਈ, ਇਹ ਹੁੰਦਾ ਦਿਲੋਂ ਪਿਆਰ। ਇਹ ਬਾਈ ਕਹਿੰਦਾ ਵੀ ਪਾਵਨ ਸੂਈ ਆ, ਦੇਖੋ ਵੀਰੇ ਜਿੱਦਣ ਬਾਈ ਪਹਿਲਾਂ ਵੀ ਆਪਣੇ ਘਰੇ ਪਹਿਲੀ ਵਾਰ ਆਇਆ ਸੀ ਉਦੋਂ ਵੀ ਡੱਬਾ ਲੈ ਕੇ ਆਇਆ ਸੀ ਜਤਿੰਦਰ ਵੀਰੇ, ਹੁਣ ਵੀ ਬਹੁਤ ਬਹੁਤ ਦਿਲੋਂ ਧੰਨਵਾਦ ਬਾਈ, ਘੈਂਟ ਭਰਾ ਸਾਡਾ ਜਾਨਵਰਾਂ ਨੂੰ ਪਿਆਰ ਕਰਦਾ ਪੂਰਾ। ਲੈ ਬਾਈ ਘਰੋ ਮਿੱਠਾ ਮੂੰਹ, ਇਹ ਨਵੇਂ ਫਾਰਮ ਦੀ ਖੁਸ਼ੀ ਚ ਹੈ ਨਾਲੇ ਪਾਵਨ ਸੂਪੀ। ਲੈ ਬਾਈ ਜਤਿੰਦਰ, ਲੈ ਵੀ ਟਾਈਮ 7:51 ਹੋ ਗਏ, ਹਰਸ਼ ਨੇ ਵੀ ਪੂਰਾ ਜ਼ੋਰ ਮਾਰਿਆ ਬਾਈ, ਅਤੇ ਫੋਨ ਦੀਆਂ ਲੱਗ ਗਈਆਂ ਫਲੈਸ਼ਾਂ। ਬਾਕੀ ਮਿੱਤਰੋ ਜੇ ਤੁਸੀਂ ਵੀ ਸਾਡੇ ਫਾਰਮ 'ਚ ਕਿਆ ਹਿੱਸਾ ਪਾਉਣਾ ਚਾਹੁੰਦੇ ਹੋ, ਖੁੱਲ੍ਹੇ ਸੱਦਿਆ ਤਾਂ ਆ ਸਕਦੇ ਹੋ, ਕੋਈ ਜਵਾਬ ਨਹੀਂ ਸਾਡੇ ਵੱਲੋਂ, ਖੁੱਲ੍ਹਾ ਸੱਦਾ ਬਾਕੀ ਆਉਣਾ ਆ ਸਕਦੇ ਹੋ। ਠੀਕ ਹੈ, ਫਾਰਮ ਦੀ ਲੇਬਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਾਈ। ਅਤੇ ਬਾਕੀ ਇੱਧਰ ਨਿਊ ਕਹਿੰਦੇ ਬਾਹਲਾ ਹਪਾ ਆਉਂਦੀ ਆ, ਉਹਨਾਂ ਦਾ ਤੜਕੇ ਦਾ ਜ਼ੋਰ ਨਹੀਂ ਲੱਗਿਆ, 10 ਫੁੱਟ ਵਾਂਗੂ ਡੂੰਘੀ ਹੈ, ਹਜੇ ਤਾਂ 4 ਫੁੱਟ ਪੱਟੀ ਹੈ, ਕੋਈ ਗੱਲ ਨਹੀਂ ਕੱਢਾਂਗੇ ਜ਼ਰੂਰ। ਬਸ ਠੀਕ ਹੈ ਮਿੱਤਰੋ, ਅੱਜ ਵਾਲਾ ਦਿਨ ਕਰਤਾ ਆਪਾਂ ਨੇ ਸਮਾਪਤ, ਕੱਲ ਨੂੰ ਮਿਲਦੇ ਆਪਾਂ, ਕੱਲ ਨੂੰ ਲਵਾਉਣੇ ਜਾਗਰ ਦੀਆਂ ਰੌਣਕਾਂ। ਸਵਾਗਤ ਕਰਦੇ ਹਾਂ ਮਿੱਤਰੋ ਅਗਲੀ ਸਵੇਰ 'ਚ, ਅਤੇ ਜਿੱਥੋਂ ਕੰਮ ਮਿੱਤਰਾਂ ਨੇ ਰਾਤ ਛੱਡਿਆ ਸੀ ਕਹਿੰਦੇ ਉੱਥੇ ਸਟਾਰਟ ਕਰਤਾ ਜਾਗਰ ਦਾ ਵੇਲੀ। ਜਾਗਰ ਯਾਦ ਕਰਦਾ ਤੈਨੂੰ ਬਾਬੇ, ਹੈਂ ਘੈਂਟ ਆੜੀ ਹੈ ਨਾ ਤੇਰਾ ਜਾਗਰ। ਅਤੇ ਆਹ ਆ ਗਈ ਭਾਈ ਕਾਲੀ ਵੀਰੇ ਦੀ ਗੱਡੀ, ਚੱਲੇ ਹਾਂ ਆਪਾਂ।
ਇੱਧਰ ਜਾਗਰ ਪਾ ਰਿਹਾ ਜੁਗਨੀ ਦੇ ਕੰਡਿਆਲਾ, ਪਵਾ ਨਹੀਂ ਰਹੀ ਜਾਗਰ ਬਾਈ? ਘੋੜੀਆਂ ਵੀ ਧੁੱਪ ਦੇ ਵਿੱਚ ਥੋੜ੍ਹਾ ਜਿਹਾ ਔਖਾ ਹੋ ਰਹੀਆਂ, ਜਿੰਨਾ ਟਾਈਮ ਫਾਰਮ ਬੰਨਣੇ ਉੱਨਾ ਟਾਈਮ ਤਾਂ ਸਾਨੂੰ ਐਵੇਂ ਸਾਰਨਾ ਪੈਣਾ। ਬਾਕੀ ਕਾਲੀ ਵੀਰਾ ਲਾ ਰਿਹਾ ਜੁਗਨੀ ਦੇ ਟੀਕਾ, ਜਾਗਰ ਨੇ ਫਿਰ ਸਵੇਰੇ ਵਲੌਗ 'ਚ ਸਿਰੇ ਲਾਤਾ ਹੈ ਆਉਣ। ਬਾਕੀ ਜਾਗਰ ਦੀ ਵੀਡੀਓ ਵੀ 50 ਲੱਖ ਦੀ ਹੈ ਬਈ, ਆਹ 52 ਕਰੋੜ ਦੀ ਜਾਗਰ ਨੇ ਜਿਹੜੀ ਵੀਡੀਓ ਚੱਲੀ ਹੈ ਇੰਸਟਾਗ੍ਰਾਮ 'ਤੇ, ਹੈ ਨਾ, ਤੱਕ ਪਾ ਰੱਖੀ ਵੀਡੀਓ ਨੇ। ਕਦੇ ਬੂਟ ਪਾ ਦਿੰਦਾ ਵੀਰੇ, ਕਦੇ ਕੀ ਕਰ ਦਿੰਦਾ, ਪਤੀ ਨੀ ਲੱਗਦਾ ਕੀ ਕਰਦੇ ਬਈ। ਇਹਨੂੰ ਦੇਖ ਕੇ ਬੱਚੇ ਸਭ ਬੱਚਿਆਂ ਨੇ ਜਿਹਨੇ ਨਹੀਂ ਰੱਖਿਆ ਉਹਨਾਂ ਦਾ ਵੀ ਡਰ ਨਿਕਲ ਗਿਆ, ਉਹ ਵੀ ਰੱਖਣਗੇ ਘੋੜੇ ਕੋਲ, ਉਹ ਵੀ ਰੱਖਣਗੇ, ਹੈ ਨਾ। ਵੀ ਜੁਗਨੀ ਸ਼ਾਮ ਨੂੰ ਮੇਟ ਕਰਾ ਕੇ ਲਿਆਉਣੀ ਆ। ਇਹ ਟੀਕਾ ਡਾਕਟਰ ਸਾਹਿਬ ਗੁਰਮੀਤ ਡਾਕਟਰ ਸਾਹਿਬ ਆਪਣੇ ਆਉਂਦੇ ਹੁੰਦੇ ਆ, ਅਤੇ ਉਹ ਅੱਜ ਚੈੱਕ ਕਰਕੇ ਗਏ ਨੇ ਸਵੇਰੇ। ਉਹ ਕਹਿੰਦੇ ਵੀ ਸ਼ਾਮ ਨੂੰ ਘੋੜੀ ਨੂੰ ਜੈਂਪ ਦੇ ਦਿਓ, ਅਤੇ ਹੁਣ ਆਪਾਂ ਇਹਦੇ ਲਾ ਰਹੇ ਹਾਂ ਟੀਕਾ ਜੀ। ਬਾਕੀ ਗਰਮੀ ਦੇਖੋ ਮਿੱਤਰੋ, ਪੱਖਾ ਅਸੀਂ ਹਜੇ ਬੰਦ ਕਰਿਆ ਹੋਇਆ, ਟੀਕਾ ਲਾ ਦਈਏ। ਹਾਂ ਪਾ ਦਿਓ, ਵੈਰੀ ਗੁੱਡ, ਸਿੱਖ ਗਿਆ ਸਿੱਖ ਗਿਆ। ਦੇਖੋ ਨੌਕਰੀ ਨੂੰ ਵੀ ਹਜੇ ਤਾਂ ਧੁੱਪਾ, ਬਸ 5-7 ਦਿਨਾਂ ਦੀ ਉਹ ਗੱਲ ਆ ਸਾਰੀ। ਮਿਸਤਰੀ ਲੱਗ ਜੂ, ਪਹਿਲਾਂ ਆਪਾਂ ਘੋੜੀਆਂ ਦੀ ਬਣਾਉਣਾ। ਉਹ ਇੰਨਾ ਸੁੰਦਰ ਬੱਚਾ ਹੈ ਆਪਣੇ ਘਰੇ ਆਇਆ ਹੈ, ਅੱਜ ਇੱਕ ਹੋਰ ਆਫਰ ਆਉਣ ਲੱਗਿਆ ਹੈ ਆਪਣੇ ਘਰੇ। ਬਾਬੇ ਬਹੁਤ ਪਿਆਰ ਕਰਦੇ ਆ ਘੋੜਿਆਂ ਨੂੰ। ਬਾਬਾ ਜੀ ਗਾਣਾ ਸੁਣਾ ਦੋ, ਬਾਬਾ ਜੀ ਗਾਣਾ ਸੁਣਾ ਦੀਏ ਬੱਚਾ, ਘੋੜੀਆਂ ਤੇ ਸੁਣਾ ਦੋ। ਘੋੜੀਆਂ ਵਾਲਾ ਤਾਂ ਰੀਲ ਹੁਣ ਘਸ ਗਈ, ਹੋਰ ਪ੍ਰਕਟ ਸਾਰੇ ਤੂੜੀ ਵਾਲੇ ਜੱਟ ਤੇ ਬਾਬਿਆਂ ਨੇ, ਹੋਰ ਕਿਹੜਾ ਸੁਣਾਉਂਗੇ? ਤਾਂ ਬਸ ਘਸ ਘਸ ਕੇ ਕਲਾਕਾਰ ਵੀ ਏਦਾਂ ਹੀ ਕਹਿ ਰਹੇ ਆ, ਆ ਕਿਹੜਾ ਆ ਗਿਆ। ਠੀਕ ਹੈ, ਇੱਕ ਗੱਲ ਆ, ਜੋ ਮਰਜ਼ੀ ਆ, ਬਾਬੇ ਨੂੰ ਸੀਤੋ ਵਾਲਾ ਨਾ ਪੈਰ ਹੇਠਾਂ ਲਿਆ ਜਾਗਰ ਦੇ, ਤਾਂ ਫਿਰ ਆਪਾਂ ਨੂੰ ਵੀ ਕੋਈ ਫਾਇਦਾ ਨਹੀਂ ਚਾਹੀਦਾ। ਗੱਲ ਪੰਜਾਬ ਤੇ ਆਏ ਨਾ, ਹਰੇਕ ਤਰ੍ਹਾਂ ਦੀ ਐਕਟਿੰਗ ਕਰਦਾ ਭਾਜੀ, ਹਰੇਕ ਤਰ੍ਹਾਂ ਦੀ। ਆਉਣਾ ਚਾਹੀਦਾ ਤੀ। ਬਾਕੀ ਤੁਸੀਂ ਇਹ ਦੇਖੋ, ਅੱਜ ਕੱਲ ਬਾਬਿਆਂ ਦੀ ਫੁੱਲ ਚੜਾਈ ਆ, ਨਾਲੇ ਤਾਂ ਰੱਖਦੇ ਆ ਡਾਂਗ, ਬੰਦਾ ਸਿੱਧਾ ਕਰਨਾ ਪੈਂਦਾ, ਨਾਲੇ ਗੱਡੀਆਂ ਚ ਆਉਂਦੇ ਆ। ਇਹ ਬਾਬਾ ਜੀ ਇਹਦੇ ਵਿੱਚ ਜਲ ਪਾ ਰੱਖਿਆ ਜੀ ਕਦੇ ਵਾਸਤੇ? ਫਿਰ ਇਹ ਜਲ ਦੀ ਬਹੁਤ ਜਵੱਤਿਆ ਹੁੰਦੀ ਆ ਬਾਬੇ, ਉਹ ਇਹ ਪਾਣੀ ਦੇ ਰਾਜ ਦੇਖੋ ਤੁਸੀਂ ਕਿੱਥੇ। ਇਹ ਜੇ ਅਸੀਂ ਲੈਣੀ ਹੋਵੇ ਤੁਹਾਡੇ ਤੋਂ ਜਲ ਬੋਤਲ ਕਿੰਨੇ ਦੀ ਹੈ? ਉਹ ਤਾਂ ਤੁਹਾਨੂੰ ਫ੍ਰੀ ਦੇ ਦਿਆਂਗੇ, ਤੇ ਵਰਤ ਕੇ ਵੇਖੋ ਕਿਹੜੀ ਛਪੀ ਹੋਈ ਆ, ਜ਼ੂਮ ਕਰਕੇ ਬਾਬੇ ਉਹ ਲੈਂਜ ਦਿਖਾਇਆ ਕਰੋ, ਆਈਫੋਨ ਦੇ 3 ਕੈਮਰੇ ਆ ਜੋ ਸਾਫ ਲੈਂਜ ਨੇ। ਇਹ ਕੀ ਨਾਮ ਆ ਬਤਕ ਦਾ ਇਹਦਾ? ਇਹਦਾ ਬਤਕ ਦਾ ਨਾਮ ਆ ਉੜਦਾ ਪੰਜਾਬ ਤੋਂ ਆਈ ਸੀਗੀ ਇਹ। ਇਹ ਜਦੋਂ ਬਰਫ਼ ਪੈਂਦੀ ਆ ਬਾਹਰੇ, ਸਨੋਹ ਪੈਂਦੀ ਆ, ਇਹ ਉੱਚੀ ਵਿਖਦੀ ਆ, ਇਹਦੇ 18 ਬੱਚੇ ਹੁੰਦੇ ਆ। ਅੱਛਾ, 2 ਢੂਹੀ ਤੇ ਬਹਿੰਦੇ ਆ, 2 ਨੱਕ ਤੇ, ਕੋਈ ਨਿੱਕ ਤੇ ਬਹਿੰਦਾ ਆ। ਅੱਛਾ, ਸੋ ਡਿਫਰੈਂਟ ਸਿਪਤੀ ਫਰੀਦਣਾ, ਮੈਨੂੰ ਲੱਗਦਾ ਇੰਨਾ ਨੌਲੇਜ ਆ। ਸਿਪਤੀ ਸ਼ੁਰੂ ਤੋਂ ਬਰਫ਼ ਸਨੋਹ 'ਚ ਰਹਿੰਦੀ ਸੀਗੀ, ਇਹ ਪਾਣੀ ਬਹੁਤ ਦੂਰ ਤੱਕ ਵੀ ਗਿਆ, ਦਿੱਲੀ ਵਾਲਿਆਂ ਨੇ ਬੋਤਲਾਂ ਹਰੀਆਂ ਬਣਾਤੀਆਂ ਹੁਣ। ਅੱਛਾ ਅੱਛਾ, ਜੂਨੀਅਰ ਇਹ ਕਾਂਡ, ਇਹ ਕਾਂਡ ਤੁਸੀਂ ਕੱਢੀ ਸੀ ਫਿਰ? ਇਹ ਕਾਂਡ ਤਾਂ ਮੋਦੀ ਉਹਨਾਂ ਨੇ ਕੱਢੀ ਸੀ, ਹੁਣ ਉਹਨਾਂ ਦਾ ਇੰਜਨ ਕਰ ਦੇਣਾ ਆ, ਜਿੱਥੇ ਮਰਜ਼ੀ ਵਜਣ ਦੇ, ਪਾਣੀ ਦਾ ਹੀ ਰੌਲਾ ਆ। ਠੀਕ ਹੈ, ਨਹੀਂ ਬੋਲਦੇ ਬਾਬਾ, ਰੌਲਾ ਤਾਂ ਕੁਰਸੀ ਦਾ ਵੀ ਬਹੁਤ ਹੁੰਦਾ ਜੀ। ਕੁਰਸੀ ਦਾ ਬੱਚਿਆ ਗੰਜੇ ਗੁੰਜਿਆ ਜਾਂ ਇਹਨੂੰ ਬਾਬੇ ਬਣਾ ਤੇ, ਸਿਰ ਤੇ ਕੋਈ ਤਾਜ ਨੀ ਹੈਗਾ, ਵਾਲ ਸਾਰੇ ਚਲਾ ਤੇ। ਅੱਛਾ, ਬਾਬਿਆਂ ਦੀ ਹਾਥੀ ਤਾਂ ਉਹਨਾਂ ਦੇ ਆਉਂਦੀ ਆ ਜਿਹੜੇ ਉਹੀ ਬਾਬੇ ਬਣ ਗਏ, ਥੋੜਾ ਜਿਹਾ ਕੁਛ ਗੁਣਤਾ ਲੈ ਕੇ ਜਾਂਦੇ। ਅਸਲ ਵਿੱਚ ਜੇ ਤੁਹਾਨੂੰ ਹੱਥ ਉੱਥੇ ਦਿਖਾਈਏ, ਅਸੀਂ ਹੱਥ ਦੇਖ ਲੈਨੇ ਹੋ? ਹੱਥ ਤਾਂ ਬਾਬਿਆਂ ਦੇ ਵੀ ਇੰਟਾ ਚੱਕ ਚੱਕ ਕੇ ਫਾਰਮਾਂ ਵਾਲੇ ਖਰਾਬ ਕਰਤੇ, ਅਜੇ ਲਿਖਾਂ ਮਿਟ ਗਈਆਂ ਹੈ, ਲਿਖਾਂ ਮਿਟ ਗਈਆਂ ਹੈ। ਪੈਰੀ ਸਰਪੰਚ ਨੂੰ ਕਿਹਾ ਸੀ ਗਾਣਾ ਕੱਢ, ਉਹ ਕਹਿੰਦਾ ਲਿਖਾਂ ਮਿਟ ਗਈਆਂ, ਪੰਡਤ ਨੇ ਹੱਸਦੇ। ਅੱਛਾ ਅੱਛਾ, ਹੱਸਦੇ ਨੇ।
ਲੈ ਵੀ ਹੁਣ ਆਪਾਂ ਲੈ ਕੇ ਜਾਣੀ ਆ ਜੁਗਨੀ, ਕਿਹੜੇ ਪਿੰਡ ਲੈ ਕੇ ਜਾਣੀ ਆ ਤੇ ਕਿਹੜੇ ਘੋੜੇ ਤੋਂ ਭਰਾਵਾਂਗੇ ਮਿੱਤਰੋ, ਸਾਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ। ਜੁਗਨੀ ਨੂੰ ਹੁਣ ਬਾਈ ਪਾਣੀ ਪਿਆ ਰਿਹਾ ਤੇ ਨਹਾ ਕੇ ਜੁਗਨੀ ਆਟੋ ਵਾਲਾ ਵੀਰ ਆਪਣੇ ਕੋਲੇ ਪਹੁੰਚਣ ਵਾਲਾ, ਲੈ ਕੇ ਚੱਲਦੇ ਆ। ਕਿਹੜੇ ਪਿੰਡ ਜਾਵਾਂਗੇ, ਕਿਹੜੇ ਘੋੜੇ ਤੋਂ ਭਰਾਵਾਂਗੇ, ਸਾਡੇ ਨਾਲ ਬਲੌਗ ਦੇ ਐਂਡ ਤੱਕ ਜੁੜੇ ਰਹੋ। ਦਿਖਾਉਣੇ ਆ ਤੁਹਾਨੂੰ ਅੱਜ ਆਲ ਇੰਡੀਆ ਦੇ ਫੇਮਸ ਤੇ ਚੈਂਪੀਅਨ ਘੋੜੇ। ਜਦੋਂ ਸਾਰਾ ਪਿੰਡ ਖਤਮ ਹੋ ਜਾਂਦਾ, ਪਿੰਡ ਤੋਂ ਬਾਹਰ ਬਾਹਰ ਆਹ ਜਗ੍ਹਾ ਤੇ ਤੁਸੀਂ ਰੇਤਾ ਇੱਟਾਂ ਦੇਖ ਰਹੇ ਹੋ, ਇੱਥੇ ਫਾਰਮ ਬਣਾਉਣਾ ਮਿੱਤਰੋ ਆਪਾਂ। ਇਸ ਵਕਤ ਅਸੀਂ ਭਵਾਨੀਗੜ੍ਹ ਸ਼ਹਿਰ ਕ੍ਰੋਸ ਕਰ ਲਏ ਜੀ। ਹਾਂਜੀ, ਪਹੁੰਚ ਗਏ ਆਪਾਂ ਬ੍ਰਦਰ ਸਟੱਡ ਫਾਰਮ ਤੇ ਪਿੰਡ ਨਾਗਰੇ। ਪਹਿਲਾਂ ਆਪਾਂ ਉਤਾਰੀਏ ਜੁਗਨੀ ਤੇ ਫਿਰ ਤੁਹਾਨੂੰ ਦਿਖਾਵਾਂਗੇ ਘੋੜੇ। ਸੁਣਾਊਗੀ ਚੱਲ ਲਈ ਮਿੱਤਰੋ, ਦਿਖਾਉਣੇ ਆ ਤੁਹਾਨੂੰ ਆਪਾਂ ਬ੍ਰਦਰ ਸਟੱਡ ਫਾਰਮ ਦੇ ਸਾਰੇ ਜਾਨਵਰ ਤੇ ਸੱਜਣ ਮਿੱਤਰ ਬੈਠੇ ਆ ਬਾਈ ਦੇ। ਦੇਖੋ ਤੁਸੀਂ, ਇਹ ਰਾਜ ਗੁਲਜ਼ਾਰ ਆ ਜੀ, ਵੀ ਚੈਂਪੀਅਨ ਆ ਰਾਜ ਗੁਲਜ਼ਾਰ। ਘੋੜਿਆਂ ਦਾ ਬਿੱਡ ਬਾਡੀ ਬਹੁਤ ਚੰਗੀ ਆ, ਬਾਕੀ ਬਲੱਡ ਲੈਣ ਦੇ ਆ ਗਏ, ਅੱਗੋਂ ਰਿਜ਼ਲਟ ਵੀ ਬਹੁਤ ਚੰਗੇ ਆ ਰਿਹਾ। ਇਹ ਕਿਹੜਾ ਆ ਗਿਆ? ਅੱਛਾ, ਇਹ ਪਦਮ ਦਾ ਜੀ, ਜਸਪਾਲ ਅੰਕਲ ਵਾਲੇ ਪਦਮ ਘੋੜੇ ਦਾ ਵਛੇਰਾ ਜੀ। ਦੇਖੋ ਤੁਸੀਂ, ਕੀ ਨਾਮ ਇਹਦਾ? ਜੀਜਾਰ। ਠੀਕ ਹੈ, ਅੱਜ ਅੱਗੇ ਆ ਜਾ ਫਿਰ ਤੋਂ, ਆਹ ਬਾਈ ਦਊਗਾ ਆਪਾਂ ਨੂੰ ਸਾਰੀ ਡਿਟੇਲ। ਮੁੰਡਾ ਤੇਰੀ ਡਿਟੇਲ ਕੀ ਆ ਪਹਿਲਾਂ ਆਪਣੀ ਵੀ ਦੱਸ ਦੇ। ਕਿਹੜਾ ਪਿੰਡ ਆ? ਮੇਰਾ ਪਿੰਡ ਹੈ ਪੁਰਨੀਆ ਜ਼ਿਲ੍ਹਾ। ਕਿੰਨੇ ਟਾਈਮ ਤੋਂ ਘੋੜਿਆਂ ਦੀ ਸੇਵਾ ਕਰਦਾ? ਉਰੇ ਬਾਈ ਕੋਲੇ? ਠੀਕ ਹੈ, ਜਦੋਂ ਪਿਛਲੀ ਵਾਰੀ ਅਸੀਂ ਆਏ ਸੀ ਪਿੰਡ ਗਿਆ ਹੋਇਆ ਤੀ ਤੋਂ? ਅੱਛਾ, ਪਿੰਡ ਚੱਕਰ ਲਾਉਣ ਵਗ ਗਿਆ ਤੀ। ਲੈ ਸਾਰੇ ਘੋੜੇ, ਕਿੱਡੇ ਕਿੱਡੇ ਘੋੜੇ ਸਾਰੇ, ਫਿਰ ਤੂੰ ਹੀ ਸੇਵਾ ਕਰਦਾ ਇਹਨਾਂ ਦੀ? ਜਮਾ ਹੀ ਡਰ ਲੱਗਦਾ ਬਾਈ, ਆ ਜਾ ਇਹਦੇ ਬਾਰੇ ਦੱਸੋ। ਇਹ ਰਾਜ ਗੁਲਜ਼ਾਰ ਦਾ, ਇਹ ਬਾਈ ਹੁਣੀ ਘਰੇ ਬਛੇਰਾ ਤਿਆਰ ਕਰ ਰਿਹਾ ਜੀ। ਕੀ ਨਾਮ ਹੈ ਇਹਦਾ? ਦਿਕੈਤ। ਟਿੱਬੀ ਵਾਲਾ ਘੋੜਾ, ਇਹ ਵੀ ਟਿੱਬੀ ਵਾਲਾ ਬਾਦਲ ਰਾਜ ਗੁਲਜ਼ਾਰ ਦਾ ਪਿਓ। ਜਾਣੀ ਕਿ ਜਿੰਨੇ ਵੀ ਬੱਚੇ ਇਹਨਾਂ ਦੇ ਜਾਂ ਘਰੇ ਇਹਨਾਂ ਦੇ ਮਾਂ ਬਾਪ ਘੋੜਿਆਂ ਦੇ, ਬਾਈ ਉਹਨਾਂ ਕੋਲ ਹੀ ਆ, ਸਾਰਾ ਖਾਨਦਾਨ ਇਕੱਠੀ ਕਰ ਰੱਖਿਆ। ਇਹ ਉਹਦਾ ਦਾਦਾ ਆ ਗਿਆ ਰਾਜ ਗੁਲਜ਼ਾਰ ਦਾ, ਉਹਦਾ ਬੱਚਾ ਵੀ ਤਿਆਰ ਕਰੀ ਜਾਂਦਾ। ਬਹੁਤ ਚੰਗੇ ਘੋੜੇ ਆ ਜੀ, ਜਿੰਨੀ ਮੈਂ ਤਾਰੀਫ ਕਰਾਂ ਉਨੀ ਥੋੜ੍ਹੀ ਆ। ਇਹ ਆ ਗਿਆ ਨੀਲਾ ਵਛੇਰਾ, ਇਹ ਲੋਪੋ ਘੋੜੇ ਨੀਲਾ ਘੋੜਾ ਰੱਖਿਆ ਹੋਇਆ ਜੀ, ਉਹਦਾ ਵਛੇਰਾ ਇਹ। ਇਹ ਵੀ ਬਹੁਤ ਚੰਗਾ, ਅਤੇ ਇੱਧਰ ਨੌਕਰਾ ਘੋੜਾ ਖੜਿਆ, ਅਤੇ ਇੱਧਰ ਬਾਈ ਜੀ ਆ ਗਿਆ ਲਾਲ ਰਾਜ, ਜਿਹੜਾ ਆਪਾਂ ਆਪਣੀ ਜੁਗਨੀ ਵਾਸਤੇ ਪਸੰਦ ਕਰਿਆ, ਕਿਉਂਕਿ ਇਹਦਾ ਵੀ ਕਲਰ ਉਹੀ ਆ, ਮੱਥੇ ਬਲੇਜ ਕਿੰਨਾ ਸੋਹਣਾ ਲੱਗਦਾ, ਜੁਗਨੀ ਦਾ ਵੀ ਕਲਰ ਕਮੈਤ ਆ। ਬਾਕੀ ਇੱਧਰ ਬਣਿਆ ਹੋਇਆ ਰਿੰਗ, ਬਾਕੀ ਹੁਣ ਤਾਂ ਤੁਹਾਨੂੰ ਪਤਾ ਸ਼ਾਮ ਹੋ ਗਈ, ਘੋੜੇ ਅੰਦਰ ਆ ਸਾਰੇ, ਕਦੇ ਆਪਾਂ ਖੁੱਲ੍ਹੇ ਟਾਈਮ ਆ ਕੇ ਤੁਹਾਨੂੰ ਸਾਰੇ ਜਾਨਵਰ ਬਾਹਰ ਕੱਢ ਕੇ ਪੂਰੀ ਡਿਟੇਲ ਦੇਵਾਂਗੇ। ਸਟੱਡ ਸਰਵਿਸ ਸਾਰਿਆਂ ਦੀ ਓਪਨ ਆ, ਜਿਹੜੇ ਬਾਈ ਉਹਨਾਂ ਕੋਲ ਸਟਾਡੀਅਨ ਰੱਖੇ ਹੋਏ ਆ, ਅਤੇ ਤੁਹਾਨੂੰ ਫੀਸ ਬਾਰੇ ਵੀ ਦੱਸਾਂਗੇ, ਅਤੇ ਇਹਨਾਂ ਦੇ ਅੱਗੇ ਰਿਜ਼ਲਟ ਵੀ ਦੱਸਾਂਗੇ। ਵਟਸਐਪ 'ਤੇ ਤੁਸੀਂ ਮੈਸੇਜ ਕਰ ਲਿਓ ਬਾਈ ਨੂੰ, ਨੰਬਰ ਸਕਰੀਨ 'ਤੇ ਚੱਲਦਾ। ਜੇ ਤੁਸੀਂ ਘੋੜੇ ਦੀ ਫੋਟੋ ਮੰਗਾਉਣੀ ਆ ਜਾਂ ਤੁਸੀਂ ਇਹਨਾਂ ਦੇ ਬੱਚਿਆਂ ਦੀ ਫੋਟੋ ਮੰਗਾਉਣੀ ਆ, ਤਾਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ। ਪਿੰਡ ਨਾਗਰੀ ਨੰਬਰ ਸਕਰੀਨ 'ਤੇ ਚੱਲਦਾ, ਨਾਗਰਾ ਪਿੰਡ ਨਾਗਰਾ ਨੰਬਰ ਸਕਰੀਨ 'ਤੇ ਚੱਲਦਾ। ਡਿਸਟ੍ਰਿਕਟ ਕਿਹੜਾ ਪੈਂਦਾ? ਸੰਗਰੂਰ। ਸੰਗਰੂਰ ਹਨੇਰਾ ਹੋਈ ਜਾਂਦਾ, ਹੁਣ ਅਸੀਂ ਚੱਲਿਆ ਜੁਗਨੀ ਨੂੰ ਲੈ ਕੇ।
ਅਸੀਂ ਸਰੇ ਲਾਉਣੇ ਆ। ਪੋਸਟਰ ਵੀ ਆਪਾਂ ਪਿਛਲੇ ਸਾਲ ਮੇਲੇ ਤੇ ਲਾਇਆ ਸੀਗਾ, ਇਹਨੂੰ ਅੱਜ ਆਪਾਂ ਤਾਰ ਦੇਣਾ। ਪੂਰਾ ਸਾਲ ਹੋ ਗਿਆ ਦੇਖੋ ਤੁਸੀਂ, ਕਲਰ ਫੇਂਟ ਹੋ ਗਿਆ ਇਹਦਾ, ਤੇ ਇਹਨੂੰ ਤਾਰ ਕੇ ਆਪਾਂ ਨਵਾਂ ਪੋਸਟਰ ਆਉਣਾ। ਜਾਗਰ ਲੈ ਕੇ ਆਇਆ ਬਾਈ ਜੀ ਨਾਭੇ ਤੋਂ। ਪੋਸਟਰ ਕਿੱਥੇ ਨੇ? ਪਹਿਲਾਂ ਆਪਾਂ ਨੂੰ ਪੱਟੋ, ਇਹਦੇ ਨਾਲ ਪੱਟ ਲਓ। ਜਾਗਰ ਸਿੰਗਰ ਵੀਰੇ, ਆਪਾਂ ਨੇ ਨਾ ਪਿੰਡ ਪਹਾੜਪੁਰ ਜਿਹੜਾ ਆਪਣਾ ਉਰੇ ਕਬੱਡੀ ਦਾ ਟੂਰਨਾਮੈਂਟ ਮੇਲਾ ਕੱਲ੍ਹ ਨੂੰ, ਇਹਦਾ ਅਖਾੜਾ ਲਵਾਉਣਾ, ਖੁੱਲ੍ਹਾ ਅਖਾੜਾ। ਦੇਖਣ ਲਈ ਬਹੁਤ ਦੂਰੋਂ ਦੂਰੋਂ ਦਰਸ਼ਕ ਵੀਰ ਪਹੁੰਚਣਗੇ। ਜਾਗਰ ਕਿਹੜਾ ਗਾਣਾ ਸੁਣਾਵਾਂਗੇ ਆਪਾਂ ਸਭ ਤੋਂ ਪਹਿਲਾਂ ਉਹਨਾਂ ਨੂੰ? ਪੋਸਟਰ ਨੂੰ ਹੱਥ ਨਾ ਪੈ ਜਾਓ, ਨਹੀਂ ਲੱਤਾਂ ਨੂੰ ਹੱਥ ਪੈ ਜਾਣਗੇ। ਗਾਣਾ ਕਿਹੜਾ ਲੱਗੇ ਆ ਪੀਜੀ ਆਈ ਚ? ਸਭ ਤੋਂ ਪਹਿਲਾਂ ਗਾਣਾ ਕਿਹੜਾ ਸੁਣਾਵਾਂਗੇ ਐਂ ਤਾਂ ਦੱਸ ਦੇ। ਸਭ ਤੋਂ ਪਹਿਲਾਂ ਐਡਾ ਖਤ ਲਿਖ ਕੇ ਪਾਸ ਜਣਾ ਵੇ ਮੇਰੀ ਉਮਰ ਬੀਤ ਜੇ ਪੜਦੀ ਦੀ ਇਹ ਛੋਟੀਆਂ ਜੋ ਚੰਦ ਲੈ ਲੈਣੇ। ਸਾਈਡ ਸਾਈਡ ਸੌਂਗ ਤੀ ਜਾਨੀ ਕਿ ਸਟਾਰਟ ਕਰਾਂਗੇ। ਇਹ ਰਾਜ ਬਰਾੜ ਤੀ ਯਾਰ, ਉਹਦਾ ਗਾਣਾ ਵੀ ਆਇਆ ਸੀ, ਲਓ ਪੁੱਤ ਛੱਡ ਤੀ ਸ਼ਰਾਬ ਛੋਡੇ ਬਾਪੂ ਨੇ। ਇਹਨਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਨੂੰ ਅਜੇ ਉਹ ਗਾਣੇ ਕਿੱਥੇ ਸੀ। ਲੈ ਵੀ ਹੁਣ ਉਰੇ ਆ ਨਵਾਂ ਪੋਸਟਰ ਲਾਉਣੇ ਆਪਾਂ, ਇਹ ਡੇਟਿੰਗ ਆਪਾਂ ਖੁਦ ਕਰੀ ਆ ਤੇ ਸਿਰਫ ਕਢਵਾ ਕੇ ਲਿਆਂਦਾ ਸੀਗਾ। ਤੇ ਇੱਧਰ ਬਾਈ ਜੀਤੂ ਦਾ ਡੀਜਿਆਂ ਦਾ ਕੰਮ ਹੁਣ ਵੀ ਹੈ ਵੀਰੇ, ਹਨਾ? ਤੇ ਬਾਈ ਵਿਆਹ ਸ਼ਾਦੀਆਂ ਦੇ ਖੁਸ਼ੀ ਦੇ ਪ੍ਰੋਗਰਾਮਾਂ 'ਚ ਤੁਸੀਂ ਸੰਪਰਕ ਕਰ ਸਕਦੇ ਹੋ। ਕਿਹੜੀ ਕਿਹੜੀ ਲੋਕੇਸ਼ਨ 'ਤੇ ਜਾ ਸਕਦੇ ਆਪਾਂ? ਜਿੱਥੇ ਮਰਜ਼ੀ ਹੋਵੇ, ਤੇ ਆਪਣੇ ਕੋਲ ਤਾਂ ਲਾ ਲਓ ਤੁਸੀਂ ਲਾਈਟਾਂ ਦੀਪਮਾਲਾ ਦਾ ਵੀ ਕੰਮ, ਹਨਾ? ਤੇ ਬਾਕੀ ਬਾਈ ਆਪਣੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਬਾਈ, ਹਨਾ, ਸਾਰੇ ਅਟੈਂਡ ਕਰਦਾ। ਤੇ ਲਾ ਲਓ ਤੁਸੀਂ ਬਹੁਤ ਘੈਂਟ ਡੀਜਿਆਂ ਦੀ ਬੇਸ ਹੋ ਗਈ ਉੱਪਰ ਸਰਕਲ ਦੇ ਵਿੱਚ, ਜਿਹੜੀਆਂ ਗੋਲਡ ਲਾਈਟਾਂ ਲੱਗਦੀਆਂ ਨੇ। ਧਮਕ ਪਾਉਂਦਾ ਇਹ ਜੇ ਬੇਸ ਕਿਤੇ ਮਿਲਲੇ ਨਹੀਂ ਵੀਰੇ। ਨੰਬਰ ਦੱਸੋ ਜੀ ਤੂੰ ਆਪਣਾ। 9783 47 42 290। ਤੇ ਬਾਈ ਪਿੰਡ ਪਹਾੜਪੁਰ ਪਟਿਆਲਾ ਏਰੀਆ ਆਪਣਾ, ਬਾਈ ਦਾ ਨੰਬਰ ਤੁਸੀਂ ਨੋਟ ਕਰ ਲਿਓ। ਤੇ ਠੀਕ ਹੈ ਦੋਸਤੋ, ਮਿਲਦੇ ਹਾਂ ਆਪਾਂ ਅਗਲੇ ਬਲੌਗ ਦੇ ਵਿੱਚ। ਚੰਗਾ ਜੀ, ਰੱਬ ਰੱਖਾ।